ਦੋਸਤੋ, ਪੈਰਿਸ ਵਿੱਚ ਇੱਕ ਪਾਕਿਸਤਾਨੀ ਸਿੰਗਰਸ ਦਾ ਮਿਊਜ਼ੀਕਲ ਸ਼ੋਅ ਹੁੰਦਾ ਹੈ ਔਰ ਉਹਦੀਆਂ ਟਿਕਟਾਂ ਸਾਰੀਆਂ ਦੀਆਂ ਸਾਰੀਆਂ ਸੇਲ ਹੋ ਜਾਂਦੀਆਂ। ਇੱਕ ਫਰਾਂਸੀਸੀ ਆਉਂਦਾ ਹੈ, ਉਹ ਜਦੋਂ ਦੇਖਦਾ ਹੈ ਕਿ ਸਾਰੀਆਂ ਟਿਕਟਾਂ ਸੇਲ ਹੋ ਚੁੱਕੀਆਂ ਹਨ ਔਰ ਮੈਨੂੰ ਕੋਈ ਟਿਕਟ ਨਹੀਂ ਮਿਲ ਰਹੀ, ਤਾਂ ਆਪਣੇ ਗਲੇ ਦੇ ਵਿੱਚ ਇੱਕ ਤਖਤੀ ਲਟਕਾਉਂਦਾ ਹੈ ਜਿਹਦੇ ਵਿੱਚ ਫ੍ਰੈਂਚ 'ਚ ਲਿਖਿਆ ਹੁੰਦਾ ਹੈ ਕਿ ਮੇਰੇ ਕੋਲ ਮੇਰੀ ਇੱਕ ਕਾਰ ਹੈ, ਮੇਰੇ ਕੋਲ ਇੱਕ ਟਰੈਕਟਰ ਹੈ ਔਰ ਮੇਰੇ ਕੋਲ ਮੇਰਾ ਇੱਕ ਘਰ ਹੈ। ਕਿਆ ਕੋਈ ਐਸਾ ਕਰ ਸਕਦਾ ਹੈ ਕਿ ਇਹ ਤਿੰਨੋਂ ਚੀਜ਼ਾਂ ਲੈ ਲਵੇ ਔਰ ਮੈਨੂੰ ਇਸ ਮਿਊਜ਼ੀਕਲ ਸ਼ੋਅ ਦੀ ਟਿਕਟ ਦੇ ਦੇਵੇ? ਕੀ ਤੁਸੀਂ ਜਾਣਦੇ ਹੋ ਕਿ ਉਹ ਪਾਕਿਸਤਾਨੀ, ਉਹ ਪੰਜਾਬੀ ਸਿੰਗਰ, ਉਹ ਕੌਣ ਸੀ? ਅਤੇ ਸੁਣੋ ਜਨਾਬ ਅਲੀ, ਉਹ ਸਿੰਗਰ ਸਨ ਉਸਤਾਦ ਨੁਸਰਤ ਫਤਿਹ ਅਲੀ ਖਾਨ। ਉਸਤਾਦ ਸਾਹਿਬ ਰਹਿਣ ਵਾਲੇ ਲੈਲਪੁਰ ਦੇ ਸਨ, ਜੰਮੇ ਜਾਏ ਲੈਲਪੁਰ ਦੇ ਵਿੱਚ ਔਰ ਵੱਢ ਕੇ ਆਪ ਦੇ ਬਸਤੀ ਸ਼ੇਖ ਜਲੰਧਰ ਦੇ ਰਹਿਣ ਵਾਲੇ ਸੀ, ਜਿਹੜੇ ਹਿਜਰਤ ਕਰਕੇ ਅਤੇ ਲੈਲਪੁਰ ਆਉਂਦੇ। ਖਾਨ ਸਾਹਿਬ ਜਦੋਂ ਬਚਪਨ ਦੇ ਵਿੱਚ ਉਹਨਾਂ ਦੇ ਬਾਪ ਉਹਨਾਂ ਨੇ ਸਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਬੜੇ ਹੀ ਮਾਯੂਸ ਸਨ ਕਿ ਇਸ ਬੰਦੇ ਦਾ, ਇਸ ਬੱਚੇ ਦਾ ਮੈਂ ਕੀ ਕਰਾਂਗਾ, ਜਿਹੜਾ 500 ਸਾਲਾ ਸਾਡਾ ਕਵਾਲੀ ਦਾ ਸਫ਼ਰ ਹੈ ਉਹ ਤਾਂ ਮੈਨੂੰ ਰੁਕਦਾ ਮਾਲੂਮ ਹੋ ਰਿਹਾ ਹੈ, ਕਿਉਂਕਿ ਇਸ ਬੱਚੇ ਦੀ ਆਵਾਜ਼ ਤਾਂ ਬਿਲਕੁਲ ਪਤਲੀ ਹੈ ਔਰ ਇਹ ਤਾਂ ਕਵਾਲੀ ਨਹੀਂ ਗਾ ਸਕਦਾ। ਹਰ ਬੜੇ ਮਾਯੂਸ ਹੁੰਦੇ ਹਨ ਔਰ ਇਸੇ ਮਾਯੂਸੀ ਦੇ ਵਿੱਚ ਇਹ ਕੋਸ਼ਿਸ਼ ਨਹੀਂ ਛੱਡਦੇ ਕਿ ਆਪ ਨੂੰ ਸਿਖਾਇਆ ਨਾ ਜਾਵੇ। ਖਾਨ ਸਾਹਿਬ ਨੂੰ ਸਿਖਾਉਂਦੇ ਰਹਿੰਦੇ, ਅਮੀਰ ਖੁਸਰੂ ਦੇ ਰਾਗਾਂ, ਅਮੀਰ ਖੁਸਰੂ ਨੇ ਜੋ ਮਿਊਜ਼ਿਕ ਤਰਤੀਬ ਦਿੱਤਾ ਉਹ ਸਾਰਾ ਸਿਖਾਉਂਦੇ ਨੇ ਉਹਨਾਂ ਨੂੰ, ਲੇਕਿਨ ਮਾਯੂਸ ਬਹੁਤ ਰਹਿੰਦੇ। 1964 ਦੇ ਵਿੱਚ ਖਾਨ ਸਾਹਿਬ ਦੇ ਜਿਹੜੇ ਬਾਪ ਫਤਿਹ ਅਲੀ ਖਾਨ ਸਾਹਿਬ, ਉਹਨਾਂ ਦਾ ਇੰਤਕਾਲ ਹੋ ਜਾਂਦਾ ਔਰ ਇੰਤਕਾਲ ਤੋਂ ਬਾਅਦ ਜਦੋਂ ਉਹਨਾਂ ਦੇ 40ਵੇਂ 'ਤੇ ਆਪ ਕਵਾਲੀ ਗਾਉਂਦੇ ਨੇ ਅਤੇ ਸਾਰੇ ਲੋਕ ਹੈਰਾਨ ਹੁੰਦੇ ਕਿ ਇਹ ਬੱਚਾ ਤਾਂ ਗਾ ਸਕਦਾ ਸੀ, ਇਹ ਜਵਾਨ ਤਾਂ ਗਾ ਸਕਦਾ ਸੀ। ਜਿਸ ਤੋਂ ਬਾਅਦ ਉਸ ਹੀ ਸਾਲ ਦੇ ਵਿੱਚ ਰੇਡੀਓ ਪਾਕਿਸਤਾਨ ਲਾਹੌਰ ਦੇ ਵਿੱਚ ਆਪ ਨੂੰ ਚਾਂਸ ਮਿਲਦਾ ਹੈ, ਜਸ਼ਨੇ ਬਹਾਰਾਂ ਦੀ ਤਕਰੀਬਾਤ ਹੁੰਦੀਆਂ ਔਰ ਉਹਦੇ ਵਿੱਚ ਨੁਸਰਤ ਫਤਿਹ ਅਲੀ ਖਾਨ ਪਹਿਲੀ ਵਾਰੀ ਗਾਉਂਦਾ, ਜਿਹਦੇ ਵਿੱਚ ਰੋਸ਼ਨ ਆਰਾ ਬੇਗਮ, ਮਹਿਦੀ ਹਸਨ ਔਰ ਇਸ ਤਰ੍ਹਾਂ ਦੇ ਹੋਰ ਜਿਹੜੇ ਕਲਾਸੀਕਲ ਸਿੰਗਰਸ ਨੇ ਉਹ ਬੈਠੇ ਹੁੰਦੇ, ਉਹ ਜਦੋਂ ਸੁਣਦੇ ਹਨ ਅਤੇ ਉਹਨਾਂ ਨੂੰ ਉਮੀਦ ਪੈਦਾ ਹੁੰਦੀ ਹੈ ਕਿ ਇਸ ਘਰਾਣੇ ਦਾ ਮਿਊਜ਼ਿਕ, ਇਸ ਘਰਾਣੇ ਦੀ ਕਵਾਲੀ ਉਹ ਖਤਮ ਨਹੀਂ ਹੋਈ, ਸਗੋਂ ਇਹਦੇ ਰਾਹੀਂ ਅੱਗੇ ਚੱਲੇਗੀ। ਇਸ ਤੋਂ ਬਾਅਦ ਬਕਾਇਦਾ ਆਪ ਕਵਾਲੀ ਗਾਣਾ ਸ਼ੁਰੂ ਕਰ ਦਿੰਦੇ ਔਰ ਕਵਾਲੀ ਦੇ ਨਾਲ ਨਾਲ ਆਪ ਨੂੰ ਕਲਾਸੀਕਲ ਮਿਊਜ਼ਿਕ ਉਸ 'ਤੇ ਪੂਰਾ ਅਬੂਰ ਹੁੰਦਾ ਔਰ ਜਿਹੜਾ ਸੁਰ ਹੈ, ਲੈਅ ਹੈ, ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਸਮਝਣ ਲੱਗ ਪੈਂਦੇ। ਆਹਿਸਤਾ ਆਹਿਸਤਾ ਗਾਉਂਦੇ ਗਾਉਂਦੇ ਦਾਤਾ ਦਰਬਾਰ ਤੱਕ ਅੱਪੜਦੇ ਔਰ ਦਾਤਾ ਦਰਬਾਰ 'ਤੇ ਹਰ ਜੁਮੇਰਾਤ ਨੂੰ ਕਵਾਲੀ ਹੁੰਦੀ ਹੈ, ਜਿੱਥੋਂ ਆਪ ਨੂੰ ਫੇਮ ਮਿਲਣਾ ਸ਼ੁਰੂ ਹੋ ਜਾਂਦਾ। ਇਸ ਤੋਂ ਬਾਅਦ ਪੰਜਾਬ ਤੋਂ ਅੱਗੇ, ਪਾਕਿਸਤਾਨ ਤੋਂ ਅੱਗੇ ਆਪ ਯੂਰਪ ਜਾਣਾ ਸ਼ੁਰੂ ਕਰ ਦਿੰਦੇ ਨੇ, ਇੰਡੀਆ ਜਾਣਾ ਸ਼ੁਰੂ ਕਰ ਦਿੰਦੇ ਨੇ ਔਰ ਆਹਿਸਤਾ ਆਹਿਸਤਾ ਦੁਨੀਆ ਨੂੰ ਪਤਾ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਬੰਦਾ ਤਾਂ ਕਮਾਲ ਦੇ ਰਾਗਾਂ ਨੂੰ ਸਮਝਦਾ ਹੈ, ਇਹ ਬੰਦਾ ਅਤੇ ਸੁਰ ਦੀ ਬਰੀਕੀਆਂ ਨੂੰ ਕਮਾਲ ਸਮਝਦਾ, ਜਿਹਨੂੰ ਕਹਿੰਦੇ ਸੀ ਕਿ ਇਸ ਚੀਜ਼ ਨੂੰ ਤਾਂ ਪਤਾ ਨਹੀਂ। ਯੂਰਪ ਦੇ ਵਿੱਚ ਆਪ ਦੇ ਜਦੋਂ ਕੰਸਰਟ ਹੁੰਦੇ, ਮਿਊਜ਼ੀਕਲ ਸ਼ੋਅ ਹੁੰਦੇ ਅਤੇ ਉੱਥੇ ਉਹ ਗੋਰੇ ਜਿਨ੍ਹਾਂ ਨੂੰ ਇਹ ਜ਼ਬਾਨ ਸਮਝ ਨਹੀਂ ਆਉਂਦੀ ਉਹ ਜੋਕ ਦਰ ਜੋਕ ਨੱਸ ਕੇ ਆਉਂਦੇ ਨੇ ਔਰ ਜਦੋਂ ਤਬਲੇ 'ਤੇ ਔਰ ਤਬਲੇ ਦੇ ਨਾਲ ਆਪਦੀ ਆਵਾਜ਼ ਮਿਲਦੀ ਹੈ ਅਤੇ ਉਹਨਾਂ ਦੇ ਇੱਕ ਅਜੀਬ ਵਜਦਤਾਰੀ ਹੁੰਦਾ ਹੈ, ਜਿਹਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਕਿ ਅਲੀ ਦਾ ਮਲੰਗ ਮੈਂ ਅਤੇ ਅਲੀ ਦਾ ਮਲੰਗ, ਉਹਦੇ 'ਤੇ ਗੋਰਾ ਝੂਮਦਾ ਹੈ, ਗੋਰੇ ਦੇ ਝੂਮਣ ਦੇ ਨਾਲ ਨਾਲ
ਹੋਰ ਪੂਰੀ ਦੁਨੀਆ ਉਹ ਇੱਕ ਸਮਝਦੀ ਹੈ ਇਹ ਮਿਊਜ਼ਿਕ ਦੇ ਜਿਹੜੇ ਲਵਰਸ ਨੇ, ਜਿਹੜੇ ਸੁਰ ਨੂੰ ਸਮਝਣ ਵਾਲੇ, ਜਿਹੜੇ ਸੁਰ ਨਾਲ ਪਿਆਰ ਕਰਦੇ ਨੇ, ਉਹ ਨੁਸਰਤ ਫਤਿਹ ਅਲੀ ਖਾਨ ਨਾਲ ਵੀ ਪਿਆਰ ਕਰਨ ਲੱਗ ਜਾਂਦੇ। ਖਾਨ ਸਾਹਿਬ ਆਪਣੀ ਕੰਪੋਜੀਸ਼ਨ ਬਹੁਤ ਸਾਰੀਆਂ ਖੁਦ ਬਣਾਉਂਦੇ ਸਨ, ਔਰ ਜਦੋਂ ਕੰਪੋਜੀਸ਼ਨ ਬਣਾ ਲੈਂਦੇ ਸੀ ਤਾਂ ਉਹਦੇ 'ਤੇ ਫਿਰ ਜਿਹੜੇ ਸ਼ਾਇਰ ਲਿਖ ਕੇ ਦਿੰਦੇ ਸੀ, ਅਤੇ ਉਹਦੇ 'ਚ ਖਾਨ ਸਾਹਿਬ ਇਹ ਵੀ ਕਹਿੰਦੇ ਨੇ ਕਿ ਮੈਂ ਕੁਛ ਰੱਦੋ ਬਦਲ ਕਰਦਾ ਸੀ ਆਪਣੀ ਆਵਾਜ਼ ਦੇ ਮੁਤਾਬਿਕ, ਔਰ ਉਹਦੇ ਸ਼ਾਇਰ ਦੇ ਨਾਲ ਮੇਰੀ ਉਹ ਪੂਰੀ ਇੱਕ ਸਲਾਹ ਮਸ਼ਵਰਾ ਜਿਹੜਾ ਸੀ ਉਹ ਚੱਲਣਾ ਸ਼ੁਰੂ ਹੋ ਜਾਂਦਾ ਸੀ। ਬਰੀ ਨਿਜ਼ਾਮੀ, ਸਾਦਿਕ, ਇਹਨਾਂ ਦਾ ਕਲਾਮ ਅਤੇ ਕਮਾਲ ਗਾਇਆ, ਔਰ ਇਹਨਾਂ ਦਾ ਜਿਹੜਾ ਪੰਜਾਬੀ ਕਲਾਮ ਸੀ ਔਰ ਇਹਦੇ ਨਾਲ ਜਿਹੜਾ ਪੰਜਾਬੀ ਬੋਲੀ ਨੂੰ ਫਰੋਗ ਮਿਲਦਾ ਪੂਰੀ ਦੁਨੀਆ ਤੋਂ, ਉਹ ਬਿਲਾ ਸ਼ੁਬਾ ਪੰਜਾਬ ਦਾ ਵਸਨੀਕ, ਪਾਕਿਸਤਾਨ ਦਾ ਵਸਨੀਕ, ਉਹ ਉਸ 'ਤੇ ਹਮੇਸ਼ਾ ਫਖਰ ਕਰਦਾ ਰਹੇਗਾ। ਕਵਾਲੀਆਂ ਦੇ ਨਾਲ ਨਾਲ ਆਪਣੇ ਫਿਰ ਗਜ਼ਲਾਂ ਵੀ ਗਾਈਆਂ ਬਹੁਤ ਜ਼ਿਆਦਾ, ਜਿਵੇਂ ਵਿਗੜ ਗਈ ਹੈ ਥੋੜ੍ਹੇ ਦਿਨਾਂ ਤੋਂ, ਫਿਰ ਨਾਸਰ ਕਾਜ਼ਮੀ ਦੀ ਗਮ ਹੈ ਜਾਂ ਖੁਸ਼ੀ ਹੈ ਤੂੰ, ਮਤਲਬ ਜੋ ਗਾਇਆ ਫਿਰ ਕਮਾਲ ਗਾ ਛੱਡਿਆ। ਔਰ ਇਹੀ ਵਜ੍ਹਾ ਹੈ ਕਿ ਅੱਜ ਜਦੋਂ ਪਾਕਿਸਤਾਨ ਦੁਨੀਆ ਦੇ ਵਿੱਚ ਪਹਿਚਾਣਿਆ ਜਾਂਦਾ ਹੈ ਔਰ ਮਿਊਜ਼ਿਕ ਦਾ ਹਵਾਲਾ ਆਉਂਦਾ ਹੈ ਅਤੇ ਉਹਦੇ ਵਿੱਚ ਖਾਨ ਸਾਹਿਬ ਦਾ ਨਾਂ ਸਾਰਿਆਂ ਤੋਂ ਅੱਗੇ ਆਉਂਦਾ ਹੈ। ਉਹ ਖਾਨ ਸਾਹਿਬ ਦੀ ਜ਼ਾਤੀ ਜ਼ਿੰਦਗੀ ਦੇ ਬਾਰੇ, ਖਾਨ ਸਾਹਿਬ ਦਾ ਪਰਵੇਜ਼ ਨਾਮ ਸੀ ਔਰ ਸਾਰੇ ਪੇਜੀ ਪੇਜੀ ਕਹਿੰਦੇ ਸੀ, ਮੋਟੇ ਗੁਗੜੂ ਜਿਹੇ ਬੱਚੇ ਹੁੰਦੇ ਸੀ ਔਰ ਕੋਈ ਸ਼ਰਾਰਤਾਂ ਨਹੀਂ ਕਰਦੇ ਸੀ ਔਰ ਰੱਜ ਕੇ ਖਾਣਾ, ਮਤਲਬ ਉਹ ਆਪ ਕਹਿੰਦੇ ਨੇ ਕਿ ਮੈਂ ਕਰੇਲੇ ਗੋਸ਼ਤ ਬੜੇ ਸ਼ੌਕ ਨਾਲ ਖਾਂਦਾ ਸੀ, ਔਰ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੇਰੇ ਕੋਲ ਰੰਗ ਕਿਹੜਾ ਤੈਨੂੰ ਸਾਰਿਆਂ ਤੋਂ ਚੰਗਾ ਲੱਗਦਾ, ਅਤੇ ਉਹ ਸਫੈਦ ਰੰਗ ਕਹਿੰਦੇ ਨੇ, ਔਰ ਕੰਮ ਬੋਲ ਰਿਹਾ, ਮਤਲਬ ਉਹਨਾਂ ਦੇ ਤੁਸੀਂ ਜਿਤਨੇ ਇੰਟਰਵਿਊ ਸੁਣਦੇ ਹੋ ਉਹਦੇ ਵਿੱਚ ਉਹ ਬੜਾ ਹੀ ਪ੍ਰੀਸਾਈਜ਼ ਕਿਸਮ ਦਾ, ਟੂ ਦੀ ਪੁਆਇੰਟ ਕਿਸਮ ਦਾ ਉਹ ਉਹਦੇ ਵਿੱਚ ਉਹਨਾਂ ਦਾ ਜਵਾਬ ਆਉਂਦਾ ਹੈ। ਔਰ ਅੱਜ ਇਹ ਵੀਡੀਓ ਰਿਕਾਰਡ ਕਰਨ ਦਾ ਇੱਕ ਮਕਸਦ ਹੈ ਕਿ ਅੱਜ ਉਹਨਾਂ ਨੂੰ ਸਾਡੇ ਤੋਂ ਵਿਛੜੇ 21 ਸਾਲ ਹੋ ਗਏ ਔਰ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿ ਅੱਜ ਦੇ ਦਿਨ ਹੀ ਪਹਿਲੇ ਉਹ ਲੰਡਨ ਦੇ ਵਿੱਚ ਉਹਨਾਂ ਦਾ ਇੰਤਕਾਲ ਹੁੰਦਾ ਔਰ ਅੱਜ ਅਸੀਂ ਸਿੱਖਾ ਇਹਨਾਂ ਦੇ ਇਹ ਜਿਹੜੇ 21 ਸਾਲ ਹੈ ਉਹਨਾਂ ਨੂੰ ਵਿਛੜਿਆਂ ਦੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ। ਔਰ ਸਾਡੇ ਨਾਲ ਉਭਰਦੇ ਹੋਏ ਪੰਜਾਬੀ ਸਿੰਗਰ ਫੈਸਲ ਅਲੀ ਇਹ ਤੁਹਾਨੂੰ ਖਾਨ ਸਾਹਿਬ ਦਾ ਕੁਛ ਸੁਣਾਉਣਗੇ ਅਤੇ ਬਾਕੀ ਜੋ ਤੁਸੀਂ ਖਾਨ ਸਾਹਿਬ ਦੇ ਬਾਰੇ ਜਾਣਦੇ ਹੋ ਅਸੀਂ ਚਾਹਾਂਗੇ ਕਿ ਉਹ ਇਸ ਵੀਡੀਓ ਦੇ ਕਮੈਂਟਸ ਰਾਹੀਂ ਤੁਸੀਂ ਦੱਸੋ ਤਾਂ ਕਿ ਉਹਨਾਂ ਦੀਆਂ ਗੱਲਾਂ ਹੋਣ, ਉਹਨਾਂ ਦਾ ਇੱਕ ਜਿਹੜਾ ਡੇ ਹੈ, ਉਹਨਾਂ ਦੇ ਸਾਲ ਗਿਰਾ ਔਰ ਇਹ ਜਦੋਂ ਸਾਡੇ ਤੋਂ ਵਿਛੜਨ ਦਾ ਦਿਨ ਹੈ, ਇਹਦੇ 'ਤੇ ਰੱਜ ਕੇ ਅਸੀਂ ਜਾਣੀਏ ਕਿ ਖਾਨ ਸਾਹਿਬ ਕੀ ਸੀ ਔਰ ਮਿਊਜ਼ਿਕ, ਸੁਰ, ਸਾਰੀਆਂ ਚੀਜ਼ਾਂ ਦੇ ਕਿਸ ਹੱਦ ਤੱਕ ਉਹਨਾਂ ਨੂੰ ਕਮਾਲ ਸੀ। ਔਰ ਅਗਰ ਅਸੀਂ ਇਹ ਕਹੀਏ ਕਿ ਉਹ ਮਿਊਜ਼ਿਕ ਦੇ ਬਾਦਸ਼ਾਹ ਸਨ, ਅਮੀਰ ਖੁਸਰੂ ਸਾਨੀ ਸਨ, ਤਾਂ ਇਹਦੇ ਵਿੱਚ ਕੋਈ ਮੁਬਾਲਗਾ ਨਹੀਂ ਹੋਵੇਗਾ। ਇਸ ਤੂੰ ਡਾਡਾ ਦੁੱਖ ਨਾ ਕੋਈ, ਇਸ ਤੂੰ ਡਾਡਾ ਦੁੱਖ ਨਾ ਕੋਈ, ਪਿਆਰ ਨਾ ਵਿਛੜੇ ਕਿਸੇ ਦਾ, ਯਾਰ ਨਾ ਵਿਛੜੇ ਕਿਸੇ ਦਾ, ਯਾਰ ਨਾ ਵਿਛੜੇ। ਇਸ ਤੂੰ ਡਾਡਾ ਦੁੱਖ ਨਾ ਕੋਈ, ਇਸ ਤੂੰ ਡਾਡਾ ਦੁੱਖ ਨਾ ਕੋਈ, ਪਿਆਰ ਨਾ ਵਿਛੜੇ ਕਿਸੇ ਦਾ, ਯਾਰ ਨਾ ਵਿਛੜੇ ਕਿਸੇ ਦਾ, ਯਾਰ ਨਾ ਵਿਛੜੇ। ਰੋਗ ਹਿਜਰ ਦਾ ਮਾਰ ਮੁਕਾਵੇ, ਸੁਖ ਦਾ ਕੋਈ ਸਾ ਨਾ ਆਵੇ, ਦੁੱਖ ਲੈਂਦੇ ਨੇ ਦਿਲ ਵਿੱਚ ਡੇਰੇ, ਚਾਰੇ ਪਾਸੇ ਦਿਸਣ ਹਨੇਰੇ, ਦੁਨੀਆ ਵਿਛੜੇ ਨਹੀਂ ਪਰਵਾਹ, ਗਮਗਾਰ ਨਾ ਵਿਛੜੇ ਕਿਸੇ ਦਾ, ਯਾਰ ਨਾ ਵਿਛੜੇ ਕਿਸੇ ਦਾ, ਯਾਰ ਨਾ ਵਿਛੜੇ ਕਿਸੇ ਦਾ।